ਗਲੀ ਦੇ ਵਿੱਚੋਂ ਲੰਘ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਦਰਅਸਲ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਦੂਜੇ ਪਾਸੇ ਇੱਕ ਬਾਈਕ ਦੇ ਉੱਤੇ ਹੈਲਮਟ ਲਾ ਕੇ ਇੱਕ ਵਿਅਕਤੀ ਆਉਂਦਾ ਨਜ਼ਰ ਆ ਰਿਹਾ। ਹਾਲਾਂਕਿ ਦੱਸ ਦਈਏ ਕਿ ਇਹ ਵਿਅਕਤੀ ਨਹੀਂ ਸਗੋਂ ਇੱਕ ਝਪਟਮਾਰ ਹੈ, ਜਿਸਨੇ ਕਿ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਸਾਹਮਣੇ ਤੋਂ ਆ ਰਿਹਾ ਇੱਕ ਹੈਲਮਟ ਲਗਾ ਕੇ ਵਿਅਕਤੀ ਬੜੀ ਹੀ ਹੌਲੀ ਸਪੀਡ ਦੇ ਉੱਤੇ ਆਲੇ ਦੁਆਲੇ ਦੇਖ ਰਿਹਾ ਕਿ ਕੋਈ ਇੱਥੇ ਹੈ ਤਾਂ ਨਹੀਂ। ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਹ ਆਪਣੇ ਬਾਈਕ ਨੂੰ ਸਟਾਰਟ ਕਰਕੇ ਹੀ ਗਲੀ ਦੇ ਵਿੱਚ ਖੜ੍ਹਾ ਕਰ ਦਿੰਦਾ ਅਤੇ ਜਿਵੇਂ ਹੀ ਔਰਤ ਅੱਗੇ ਜਾ ਰਹੀ ਹੁੰਦੀ ਹੈ ਤਾਂ ਪਿੱਛੋਂ ਤੀ ਉਹ ਭੱਜ ਕੇ ਜਾਂਦਾ ਅਤੇ ਕੰਨ ਦੇ ਵਿੱਚੋਂ ਦੀ ਵਾਲੀਆਂ ਝਪਟ ਲੈਂਦਾ ਅਤੇ ਉਸ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਪਟਿਆਲਾ ਦੇ ਆਨੰਦ ਨਗਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦਿਨ ਦਿਹਾੜੇ ਗਲੀ ਦੇ ਵਿੱਚੋਂ ਨਿਕਲ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਫਿਲਹਾਲ ਇਲਾਕੇ ਦੇ ਵਿੱਚ ਇਸ ਘਟਨਾ ਦੇ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ। ਤਾਂ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਗਈਆਂ ਨੇ। ਗਲੀ ਦੇ ਵਿੱਚੋਂ ਲੰਘ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਦਰਅਸਲ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਦੂਜੇ ਪਾਸੇ ਇੱਕ ਬਾਈਕ ਦੇ ਉੱਤੇ ਹੈਲਮਟ ਲਾ ਕੇ ਇੱਕ ਵਿਅਕਤੀ ਆਉਂਦਾ ਨਜ਼ਰ ਆ ਰਿਹਾ। ਹਾਲਾਂਕਿ ਦੱਸ ਦਈਏ ਕਿ ਇਹ ਵਿਅਕਤੀ ਨਹੀਂ ਸਗੋਂ ਇੱਕ ਝਪਟਮਾਰ ਹੈ, ਜਿਸਨੇ ਕਿ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਸਾਹਮਣੇ ਤੋਂ ਆ ਰਿਹਾ ਇੱਕ ਹੈਲਮਟ ਲਗਾ ਕੇ ਵਿਅਕਤੀ ਬੜੀ ਹੀ ਹੌਲੀ ਸਪੀਡ ਦੇ ਉੱਤੇ ਆਲੇ ਦੁਆਲੇ ਦੇਖ ਰਿਹਾ ਕਿ ਕੋਈ ਇੱਥੇ ਹੈ ਤਾਂ ਨਹੀਂ। ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਹ ਆਪਣੇ ਬਾਈਕ ਨੂੰ ਸਟਾਰਟ ਕਰਕੇ ਹੀ ਗਲੀ ਦੇ ਵਿੱਚ ਖੜ੍ਹਾ ਕਰ ਦਿੰਦਾ ਅਤੇ ਜਿਵੇਂ ਹੀ ਔਰਤ ਅੱਗੇ ਜਾ ਰਹੀ ਹੁੰਦੀ ਹੈ ਤਾਂ ਪਿੱਛੋਂ ਤੀ ਉਹ ਭੱਜ ਕੇ ਜਾਂਦਾ ਅਤੇ ਕੰਨ ਦੇ ਵਿੱਚੋਂ ਦੀ ਵਾਲੀਆਂ ਝਪਟ ਲੈਂਦਾ ਅਤੇ ਉਸ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਪਟਿਆਲਾ ਦੇ ਆਨੰਦ ਨਗਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦਿਨ ਦਿਹਾੜੇ ਗਲੀ ਦੇ ਵਿੱਚੋਂ ਨਿਕਲ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਫਿਲਹਾਲ ਇਲਾਕੇ ਦੇ ਵਿੱਚ ਇਸ ਘਟਨਾ ਦੇ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ। ਤਾਂ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਗਈਆਂ ਨੇ। ਗਲੀ ਦੇ ਵਿੱਚੋਂ ਲੰਘ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਦਰਅਸਲ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਦੂਜੇ ਪਾਸੇ ਇੱਕ ਬਾਈਕ ਦੇ ਉੱਤੇ ਹੈਲਮਟ ਲਾ ਕੇ ਇੱਕ ਵਿਅਕਤੀ ਆਉਂਦਾ ਨਜ਼ਰ ਆ ਰਿਹਾ। ਹਾਲਾਂਕਿ ਦੱਸ ਦਈਏ ਕਿ ਇਹ ਵਿਅਕਤੀ ਨਹੀਂ ਸਗੋਂ ਇੱਕ ਝਪਟਮਾਰ ਹੈ, ਜਿਸਨੇ ਕਿ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਨੇ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਦੇ ਵਿੱਚੋਂ ਨਿਕਲ ਰਹੀ ਹੈ ਅਤੇ ਸਾਹਮਣੇ ਤੋਂ ਆ ਰਿਹਾ ਇੱਕ ਹੈਲਮਟ ਲਗਾ ਕੇ ਵਿਅਕਤੀ ਬੜੀ ਹੀ ਹੌਲੀ ਸਪੀਡ ਦੇ ਉੱਤੇ ਆਲੇ ਦੁਆਲੇ ਦੇਖ ਰਿਹਾ ਕਿ ਕੋਈ ਇੱਥੇ ਹੈ ਤਾਂ ਨਹੀਂ। ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਹ ਆਪਣੇ ਬਾਈਕ ਨੂੰ ਸਟਾਰਟ ਕਰਕੇ ਹੀ ਗਲੀ ਦੇ ਵਿੱਚ ਖੜ੍ਹਾ ਕਰ ਦਿੰਦਾ ਅਤੇ ਜਿਵੇਂ ਹੀ ਔਰਤ ਅੱਗੇ ਜਾ ਰਹੀ ਹੁੰਦੀ ਹੈ ਤਾਂ ਪਿੱਛੋਂ ਤੀ ਉਹ ਭੱਜ ਕੇ ਜਾਂਦਾ ਅਤੇ ਕੰਨ ਦੇ ਵਿੱਚੋਂ ਦੀ ਵਾਲੀਆਂ ਝਪਟ ਲੈਂਦਾ ਅਤੇ ਉਸ ਤੋਂ ਬਾਅਦ ਤੁਰੰਤ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਪਟਿਆਲਾ ਦੇ ਆਨੰਦ ਨਗਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਦਿਨ ਦਿਹਾੜੇ ਗਲੀ ਦੇ ਵਿੱਚੋਂ ਨਿਕਲ ਰਹੀ ਇੱਕ ਔਰਤ ਦੇ ਕੰਨੋਂ ਵਾਲੀਆਂ ਝਪਟੀਆਂ ਗਈਆਂ ਨੇ। ਫਿਲਹਾਲ ਇਲਾਕੇ ਦੇ ਵਿੱਚ ਇਸ ਘਟਨਾ ਦੇ ਨਾਲ
ਸਹਿਮ ਦਾ ਮਾਹੌਲ ਬਣਿਆ ਹੋਇਆ। ਤਾਂ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਕਿ ਦਿਨ ਦਿਹਾੜੇ ਇੱਕ ਔਰਤ ਦੇ ਕੰਨੋਂ ਵਾਲੀਆਂ ਲਾ ਲਈਆਂ ਗਈਆਂ ਨੇ।